ਤੁਹਾਡੀ ਸ਼ੁਰੂਆਤ ਜ਼ਿੰਦਗੀ ਦੀ ਕਿਸ ਤਰ੍ਹਾਂ ਹੋਈ ਅਤੇ ਕਿੰਨੀ ਉਮਰ ਤੋਂ ਤੁਸੀਂ ਜਿਹੜਾ ਚੂੜਾ ਸੀ ਇਹ ਬਣਾਉਣਾ ਸ਼ੁਰੂ ਕੀਤਾ? ਮੇਰੇ ਰਿਸ਼ਤੇਦਾਰ ਵੀ ਕਹਿੰਦੇ ਇਹ ਵੀ ਇਹ ਕੰਮ ਨਹੀਂ ਕਰੇਗਾ, ਇਹ ਵਿਹਲਾ ਹੀ ਰਹੇਗਾ, ਇਹ ਕਾਰੋਬਾਰ ਨਹੀਂ ਕਰ ਸਕਦਾ। ਸਭ ਤੋਂ ਪਹਿਲਾਂ ਮੈਂ ਮਾਧਵ ਜੀ ਨੂੰ ਚੂੜਾ ਭੇਟ ਕੀਤਾ। ਮਾਧਵ ਜੀ ਨੂੰ ਦਿੱਤਾ ਨਾ, ਉਹਦਾ ਕੋਈ ਮੁੱਲ ਨਹੀਂ ਗਾ, ਕਿਉਂ ਜਿਹੜਾ ਉਹਨੇ ਹੱਥ 'ਚ ਫੜ ਲਿਆ ਜਾਂ ਪਾ ਲਿਆ ਉਹਦੇ ਨਾਲ ਮੇਰਾ ਮਾਧਵ ਜੀ ਨਾਲ ਕਾਫੀ ਮੇਰਾ ਨਾਂ ਹੋਇਆ। ਕੋਈ ਵੀ ਲੈ ਲਓ, ਰਿਸ਼ਤੇਦਾਰ ਕਹਿੰਦੇ ਵੀ ਇਹਦਾ ਨਾਂ ਕਿਉਂ ਹੁਣ ਡਿਆ, ਲੱਤਾਂ ਖਿੱਚਦੇ ਨੇ, ਮੈਂ ਉਹਨਾਂ ਦੀ ਪਰਵਾਹ ਨਹੀਂ ਕੀਤੀ। ਉਹਨਾਂ ਨੇ ਇਹ ਵੀ ਕਿਹਾ ਸੀ ਸੰਤਾਂ ਨੇ ਵੀ ਤੇਰੇ ਜਿਹੜੇ ਬਾਹਰ ਦੇ ਹੋਣਗੇ ਤੇਰੀਆਂ ਲੱਤਾਂ ਖਿੱਚਣਗੀਆਂ, ਤੁਸੀਂ ਪਰਵਾਹ ਨਹੀਂ ਕਰਨੀ ਜਾਂ ਚੜ੍ਹਦੀ ਕਲਾ 'ਚ। ਬੜੀ ਤਲੀ ਉਹਦੀ ਦੁਕਾਨ ਹੋ ਗਈ, ਬੜਾ ਤਿਆਰ ਸ਼ੁਰੂ, ਬੜਾ ਫੇਮਸ ਹੋਊਗਾ। ਇੱਕ ਸਿੰਪਲ ਜਿਹਾ ਜਦੋਂ ਆਏ ਇੱਕ ਸਾਦਾ ਜਿਹਾ ਬੰਦਾ ਸਰਦਾਰ ਨੂੰ ਵੇਖ ਕੇ, ਕੀ ਗੱਲ ਯਕੀਨ ਨਹੀਂ ਸੀ ਉਹਨਾਂ ਨੂੰ ਆਇਆ ਵੀ ਇਹ ਉਹ ਚੰਨਾ ਚੂੜੇ ਵਾਲਾ। ਪਤਾ ਨਹੀਂ ਕਿਸ ਵੇਲੇ ਮੈਨੂੰ ਕਪਲ ਨੇ ਸੱਦ ਲੈਣਾ, ਜਦੋਂ ਮਾਧਰੀ ਵੱਲੋਂ ਸੱਦਾਇਆ ਅਤੇ ਮੈਨੂੰ ਕਪਲ ਨੇ ਸੱਦਿਆ ਅਤੇ ਮੈਂ ਉਸ ਵੇਲੇ ਜਾਵਾਂਗਾ। ਉਹ ਜਿਹੜਾ ਮੈਂ ਗਿਫਟ ਬਣਾਇਆ ਉਸ ਵੇਲੇ ਮੈਂ ਮਾਧਰੀ ਨੂੰ ਦੇਵਾਂਗਾ। ਉਸ ਵੇਲੇ ਸਮਝ ਲਾਂਗਾ ਮੈਂ ਇੱਕ ਬਹੁਤ ਵੱਡਾ ਇੱਕ ਕੰਮ ਕੀਤਾ। ਉਹ ਤੁਸੀਂ ਵੇਖੋਗੇ ਹਨੇਰੇ ਦੇ ਵਿੱਚ ਜਿੱਥੇ ਆਸਮਾਨ 'ਤੇ ਤਾਰੇ ਚਮਕਦੇ ਨੇ, ਉਹ ਐਡਾ ਵਧੀਆ ਗਿਫਟ ਹੈਗਾ। ਉਹ ਜਦੋਂ ਦਿਖਾਇਆ ਜਾਏਗਾ, ਜਿੰਨੀਆਂ ਫਿਲਮੀ ਸਟਾਰ ਹੈਗੀਆਂ ਆਉਣ ਵਾਲੀਆਂ ਜੇ ਹੈਗੀਆਂ, ਤਾਂ ਉਹ ਕਹਿਣਗੀਆਂ ਵੀ ਮਾਧਵੀ ਬਹੁਤ ਕਰਮਾ ਵਾਲੀ, ਜਿਹੜਾ ਇਹਨੂੰ ਅੰਮ੍ਰਿਤਸਰੋਂ ਇੱਕ ਗਿਫਟ ਮਿਲਿਆ ਇਹਨੂੰ। ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ। ਅੱਜ ਤੁਹਾਨੂੰ ਅਜਿਹੀ ਇੱਕ ਸ਼ਖਸੀਅਤ ਦਾ ਮਿਲਾਉਣ ਜਾ ਰਹੇ ਹਾਂ ਜਿਹੜੀ ਕਿ ਆਪਣੇ ਚੂੜੇ ਨਾਂ ਦੇ ਨਾਮ ਤੋਂ ਮਸ਼ਹੂਰ ਹੈ, ਸਾਡੀ ਮੁਰਾਦ ਚੰਨਾ ਚੂੜੇ ਵਾਲਾ। ਆਪ ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਮਹਾਰਾਜ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਪੰਜਾਬੀ ਲੋਕ ਦੀ ਟੀਮ ਅੱਜ ਤੁਹਾਡੇ ਦੁਆਰ ਆਈ ਆ ਅਤੇ ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਅੱਜ ਦਾ ਤੁਹਾਡਾ ਸਵਾਗਤ ਕਰਦਾ, ਬਹੁਤ ਵਧੀਆ ਲੱਗਾ ਅੱਜ ਦਿਨ ਭਗਾਂ ਵਾਲਾ ਜਿਹੜਾ ਕਿਤੇ ਨੇ ਤੁਹਾਡੇ ਨਾਲ ਮੇਰੇ ਨਾਲ ਮੇਲ ਹੋਇਆ। ਚੰਨਾ ਚੂੜੇ ਜੀ, ਕਿਸ ਤਰ੍ਹਾਂ ਤੁਹਾਡਾ ਨਾਮ ਪਿਆ ਅਤੇ ਜਿਹੜੀ ਤੁਹਾਡੀ ਸ਼ੁਰੂਆਤ ਹੈ ਜ਼ਿੰਦਗੀ ਦੀ ਕਿਸ ਤਰ੍ਹਾਂ ਹੋਈ ਅਤੇ ਕਿੰਨੀ ਉਮਰ ਤੋਂ ਤੁਸੀਂ ਜਿਹੜਾ ਚੂੜਾ ਸੀ ਇਹ ਬਣਾਉਣਾ ਸ਼ੁਰੂ ਕੀਤਾ? ਮੈਂ ਬਚਪਨ ਤੋਂ ਜੇ ਤਾਂ ਮੇਰੇ ਰਿਸ਼ਤੇਦਾਰ ਵੀ ਕਹਿੰਦੇ ਇਹ ਵੀ ਇਹ ਕੰਮ ਨਹੀਂ ਕਰੇਗਾ, ਇਹ ਵਿਹਲਾ ਹੀ ਰਹੇਗਾ, ਇਹ ਕਾਰੋਬਾਰ ਨਹੀਂ ਕਰ ਸਕਦਾ, ਇਹ ਕਦੀ ਨਹਿਰ 'ਤੇ ਚੱਲ ਜਾ ਗੁੱਡੀਆਂ ਡਾਲਾ। ਮੈਨੂੰ ਗੁੱਡੀਆਂ ਦਾ ਬੜਾ ਸ਼ੌਂਕ ਸੀ, ਹੁਣ ਹੀ ਮੈਂ ਗੁੱਡੀ ਡਾਲ ਲਿਆ ਜਦੋਂ ਤੁਸੀਂ ਆਏ ਸੀ, ਅਤੇ ਇਹ ਜਿਹੜਾ ਇੱਕ ਸ਼ੌਂਕ ਬਣਾਉਂਦਾ। ਉਹ ਫਿਰ ਸਾਡਾ ਦਾਦਾ ਜੀ ਤਾਇਆ ਸੀ, ਉਹ ਕਹਿੰਦੇ ਇਹਨੂੰ ਰਾਜਮਿਸਤਰੀ ਕੰਮ ਨਹੀਂ ਪਾਉਣਾ, ਇਹਨੂੰ ਚੂੜੇ ਦੇ ਕੰਮ 'ਚ ਪਾ ਦਿੰਦਾ। ਅਤੇ ਉਸ ਵੇਲੇ ਫਿਰ ਮੈਂ 12 ਸਾਲਾਂ ਦਾ ਜਦੋਂ ਮੈਂ ਕੰਮ 'ਤੇ ਪਿਆ ਸੀ। ਚੰਨਾ ਜੀ, ਤੁਹਾਡਾ ਜਿਹੜਾ ਚੂੜਾ ਵਾ ਉਹ ਦੇਸ਼ਾਂ ਵਿਦੇਸ਼ਾਂ 'ਚ ਜਾਂ ਜਿਹੜੀ ਫਿਲਮੀ ਐਕਟਰ ਹੈਗੇ ਸੈਲੀਬ੍ਰਿਟੀ ਹੈਗੀ ਆ ਉਹਨਾਂ 'ਤੇ ਬਹੁਤ ਜ਼ਿਆਦਾ ਉਹਨਾਂ ਨੇ ਪਾਇਆ ਵਾ। ਕਿਹੜੇ ਕਿਹੜੇ ਹੀਰੋ ਸੀ ਜਿਨ੍ਹਾਂ ਨੂੰ ਤੁਸੀਂ ਚੂੜਾ ਦੇ ਚੁੱਕੇ? ਸਭ ਤੋਂ ਪਹਿਲਾਂ ਮੈਂ ਮਾਧਵ ਜੀ ਨੂੰ ਚੂੜਾ ਭੇਟ ਕੀਤਾ ਸੀ ਖਿਲਾਫ ਫਿਲਮ ਦੇ ਵਿੱਚ, ਫਿਰ ਉਹਨਾਂ ਨੇ ਪਾ ਕੇ ਕਾਫੀ ਨਾਂ ਕੀਤਾ। ਫਿਰ ਮੈਂ 1996 'ਚ ਮਾਧਵ ਜੀ ਨਾਲ ਮੇਰੀ ਮੁਲਾਕਾਤ ਹੋਈ, ਜਦੋਂ ਮੈਂ ਚੰਡੀਗੜ੍ਹ ਗਿਆ ਹਾਂ ਅਤੇ ਮੈਨੂੰ ਜਿਹੜਾ ਅੱਧਾ ਪੌਣਾ ਘੰਟਾ ਲੱਗਾ, ਉਸ ਵੇਲੇ ਮੈਂ ਜਦੋਂ ਸੋਫੇ 'ਤੇ ਬੈਠਾ ਅਤੇ ਇੱਕ ਦੂਜੇ ਨੂੰ ਪੁੱਛਿਆ, ਮੈਂ ਕਿਹਾ ਵੀ ਮੈਂ ਮਾਧਵ ਜੀ ਮਿਲਣਾ ਕਿੱਦਾਂ ਮਿਲਣਾ, ਅਤੇ ਇੱਕ ਜਣਾ ਲੱਗ ਕੇ ਕਹਿੰਦਾ ਉਹਦਾ PA ਆ ਗਿਆ ਜੀ ਇਹਨੂੰ ਮਿਲੋ। ਫਿਰ ਮੈਂ ਉਹਨੂੰ ਸਤਿ ਸ਼੍ਰੀ ਅਕਾਲ ਕੀਤੀ, ਮੈਂ ਵੀ ਮੈਂ ਮੈਡਮ ਨੂੰ ਮਿਲਣਾ ਚਾਹੁੰਦਾ, ਮੇਰਾ ਪਹਿਲਾ ਕਦਮ ਸੀ।
ਕਹਿੰਦਾ ਦੱਸੋ ਮੈਂ ਫੋਟੋ ਮੈਂ ਮਾਧਵ ਨੂੰ ਦੇਣਾ ਚਾਹੁੰਦਾ, ਕਹਿੰਦਾ ਲਿਆਓ। ਉਹ ਜਦੋਂ ਫੋਟੋ ਲੈ ਕੇ ਗਿਆ ਨਾ ਮੇਰੀ ਸਾਹਮਣੇ ਲੱਗੀ ਵੀ ਆ, ਉਹ ਤਿੰਨ ਕੌਫੀ ਦੇ ਕੱਪ ਸੀ ਨਾਲ, ਉਹਦੀ ਮੰਮੀ ਸੀ ਨਾਲ, ਹੋਰ ਸੀ ਇੱਕ ਸਾਈਡ 'ਤੇ, ਦੋ ਪੰਜਾਬ ਪੁਲਿਸ ਦੀਆਂ ਵੀ ਹੈਗੀਆਂ ਸੀ। ਉਸ ਵੇਲੇ ਜਦੋਂ ਮੈਡਮ ਨੂੰ ਉਹਨਾਂ ਨੇ ਦੋ ਕੱਪ ਫੜਾਏ ਕੌਫੀ ਦੇ ਵੱਖੋ ਵੱਖ, ਕਹਿੰਦਾ ਮੈਡਮ ਜੀ ਤੁਹਾਨੂੰ ਸਰਦਾਰ ਜੀ ਮਿਲਣ ਆਏ ਨੇ, ਅਤੇ ਬੋਲੋ। ਉਹ ਕਹਿੰਦੀ ਜਾ ਲਿਆਓ ਸੱਦ ਕੇ। ਮੁੜਦੇ ਪੈਰੀ ਉਹਨੇ ਮੈਨੂੰ ਕਿਹਾ ਵੀ ਚੰਨਾ ਚੂੜੇ ਵਾਲਾ ਕਿੱਥੇ ਹੈਗਾ ਜੀ? ਮੈਂ ਆਪਣੇ ਧਿਆਨ ਨਾਲ ਗੱਲਾਂ ਕਰਨ ਡਿਆ ਸਾਂ, ਅਤੇ ਉਹ ਫਿਰ ਜ਼ੋਰ ਦੀ ਕਿਹਾ ਵੀ ਸਰਦਾਰ ਗੁਰਚਰਨ ਸਿੰਘ ਚੰਨਾ ਚੂੜੇ ਵਾਲਾ ਕਿਹਦਾ ਨਾਂ ਜੀ? ਵਿਆਹ ਮੇਰਾ ਨਾਂ। ਕਹਿੰਦਾ ਉਹ ਤੁਹਾਨੂੰ ਮੈਡਮ ਨੇ ਸਭ ਬੁਲਾਇਆ। ਫਿਰ ਮੈਂ ਗਿਆ। ਸਾਨੂੰ ਵੀ ਪਤਾ ਲੱਗਿਆ ਤੁਸੀਂ ਮਾਧਵ ਦੀਕਸ਼ਿਤ ਦੇ ਬੜੇ ਵੱਡੇ ਫੈਨ ਹੋ, ਅਤੇ 24 ਸਾਲ ਤੋਂ ਉਹਨਾਂ ਦਾ ਜਿਹੜਾ ਜਨਮਦਿਨ ਵੀ ਮਨਾ ਰਹੇ ਹੋ, ਠੀਕ ਹੈ। ਕਿਸ ਤਰ੍ਹਾਂ ਇਹ ਦੀਵਾਨਗੀ ਜਿਹੜੀ ਕਿਸ ਤਰ੍ਹਾਂ ਇਹ ਸ਼ੁਰੂਆਤ ਕਿੱਦਾਂ ਸ਼ੁਰੂ ਹੋਈ? ਦੀਵਾਨਗੀ ਇਹ ਤਾਂ ਤੁਹਾਨੂੰ ਮੈਂ ਦੱਸਣ ਲੱਗਾ, ਜਦੋਂ ਉਹਨਾਂ ਨੂੰ ਮੈਂ ਜਦੋਂ ਮਿਲਿਆ ਨਾ, ਅਤੇ ਉਹਨਾਂ ਨੇ ਆਪਣੀ ਫੋਟੋ ਵੇਖ ਕੇ ਬੜੇ ਖੁਸ਼ ਹੋਏ ਨੇ ਵੀ ਮੇਰੀ ਫੋਟੋ ਜਿਹੜੀ ਤੁਸੀਂ ਇੱਕ ਚੂੜੇ ਦੇ ਵਿੱਚ ਸੈਡਨ ਲਾ ਕੇ ਵਿੱਚ ਸਜਾਵਟ ਕਰਕੇ ਮੈਨੂੰ ਭੇਜ ਦਿੱਤੀ, ਬਹੁਤ ਵਧੀਆ ਲੱਗਾ। ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਤੁਹਾਡੇ ਵਿਆਹ ਦਾ ਵੀ ਮੈਂ ਚੂੜਾ ਬਣਾ ਕੇ ਘਲਾਵਾਂਗਾ, ਅਤੇ ਕਹਿੰਦੀ ਠੀਕ ਹੈ, ਬਹੁਤ ਵਧੀਆ। ਹੋਰ ਕਿਹੜੇ ਕਿਹੜੇ ਫਿਲਮੀ ਹੀਰੋ ਨੇ ਸੀ ਜਿਨ੍ਹਾਂ ਨੂੰ ਤੁਸੀਂ ਆਪਾਂ ਚੂੜਾ ਦੇ ਚੁੱਕੇ ਹੋ? ਸਭ ਤੋਂ ਪਹਿਲਾਂ ਫਿਰ ਮਾਧਰੀ ਨੂੰ, ਫਿਰ ਮਨੀਸ਼ਾ ਪਟੇਲ, ਹੇਮਾ ਮਾਲਨੀ, ਈਸ਼ਾ ਦਿਓਲ ਵਾਸਤੇ ਲੈ ਗਈ, ਕਾਫੀ ਹੀਰੋ ਜਿਹੜੀਆਂ ਨਾ ਮੇਰੇ ਕੋਲ ਲੈ ਕੇ ਗਈਆਂ ਚੂੜਾ। ਅਤੇ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਚੰਨਾ ਚੂੜੀਆਂ ਦਾ ਨਾਮ ਬਾਲੀਵੁੱਡ ਸਟਾਰ ਦੇਸ਼ਾਂ ਵਿਦੇਸ਼ਾਂ 'ਚ ਨਾ ਕੇ ਆ ਜਾਂਦਾ, ਅਤੇ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ? ਹੁਣ ਮੈਂ ਉੱਥੇ ਗਿਆ, ਕਹਿੰਦੇ ਨੇ ਗਾਣਾ ਗਾਈ ਫਿਲਮ ਦਾ, ਅਤੇ ਉੱਥੇ ਵੀ ਮੈਂ ਕੁੜੀ ਦੇ ਨਾਲ ਗਾਣੇ ਦਾ ਨਾਂ ਸ਼ੋਰਟ ਹੈਗਾ ਸੀ ਦਲੋਜੀ, ਉਹਨੇ ਮੈਂ ਆਪਣਾ ਨਾਂ ਹੀ ਦੱਸਿਆ, ਮੈਂ ਮੇਰਾ ਨਾਂ ਚੰਨਾ ਚੂੜੇ ਵਾਲਾ। ਕਹਿੰਦੇ ਹਾਂ ਜਿਹਨੇ ਤੁਸੀਂ ਮਾਲੀ ਨੂੰ ਵੀ ਕੁੜੀ ਨੂੰ ਚੂੜਾ ਦਿੱਤਾ ਸੀ, ਮੈਂ ਹਾਂ। ਫਿਰ ਮੈਂ ਉਹਨਾਂ ਨੂੰ ਅਖਬਾਰ ਆਪਣੀ ਵੇਰਵਾ ਹੀ ਦਿਖਾਇਆ, ਫਿਰ ਉਹ ਤੋਂ ਬਾਅਦ ਜਦੋਂ ਵਾਪਸ ਆਉਣ ਲੱਗੇ ਫਿਰ ਉਹਨੇ ਮੇਰੇ ਨਾਲ ਫੋਟੋਆਂ ਕੀਤੀਆਂ। ਚੰਨਾ ਜੀ ਹੋਰ ਪਰਿਵਾਰ 'ਚ ਕੌਣ ਕੌਣ ਚੂੜੇ ਦਾ ਕੰਮ ਕਰਦਾ ਵਾ? ਅਤੇ ਜਿਹੜੇ ਮੇਰੇ ਮੈਂ ਆਪ ਕਰਦਾ, ਗਾਂ ਮੇਰੇ ਬੱਚੇ ਕਰਦੇ ਨੇ, ਉਹਦਾ ਹੈਪੀ ਜਿਹੜਾ ਮੁੰਡਾ ਮੇਰਾ ਉਹ ਕਰਦਾ, ਅਤੇ ਆ ਕੁੜੀ ਆ ਕਰਦੀ ਨਾਲ। ਜਿਹੜੀ ਚੂੜੇ ਦੀ ਜਿਹੜੀ ਕੀਮਤ ਹੈ ਉਹ ਕਿਸ ਤਰ੍ਹਾਂ ਸਟਾਰਟ ਹੁੰਦੀ, ਕਿੰਨੀ ਕੀਮਤ ਤੋਂ ਸਟਾਰਟ ਹੁੰਦੀ ਆ, ਅਤੇ ਵੱਧ ਤੋਂ ਵੱਧ ਕਿੰਨੀ ਕੀਮਤ ਆ? ਅਤੇ ਜਿਹੜੀ ਤੁਸੀਂ ਮਾਧਵ ਦੀਕਸ਼ਿਤ ਨੂੰ ਜਿਹੜਾ ਚੂੜਾ ਦਿੱਤਾ ਵਾ, ਉਹ ਕੀ ਸੀ ਚੂੜੇ ਦਾ ਨਾਮ? ਵੇਖੋ ਜਿਹੜਾ ਮਾਧਵ ਜੀ ਨੂੰ ਦਿੱਤਾ ਨਾ, ਉਹਦਾ ਕੋਈ ਮੁੱਲ ਨਹੀਂ ਗਾ, ਕਿਉਂ ਜਿਹੜਾ ਉਹਨੇ ਹੱਥ 'ਚ ਫੜ ਲਿਆ ਜਾਂ ਪਾ ਲਿਆ, ਉਹਦੇ ਨਾਲ ਮੇਰਾ ਮਾਧਵ ਜੀ ਨਾਲ ਕਾਫੀ ਮੇਰਾ ਨਾਂ ਹੋਇਆ। ਕੀ ਨਾਂ ਸੀ ਚੂੜੇ ਦਾ? ਉਹਦਾ ਨਾਂ ਹੈਗਾ ਜੀ ਫੈਂਸੀ ਸੁਹਾਗ ਚੂੜਾ, ਇਹ ਮੈਂ ਹੱਥ 'ਚ ਵੀ ਫੜਿਆ ਜੇ। ਅਤੇ ਜਿਹੜਾ ਤੁਸੀਂ ਅਮੀਸ਼ਾ ਪਟੇਲ ਨੂੰ ਜਿਹੜਾ ਗਦਰ ਫਿਲਮ 'ਚ ਉਹਨਾਂ ਚੂੜਾ ਪਾਇਆ ਵਾ, ਉਹ ਕੀ ਸੀ ਚੂੜੇ ਦਾ ਨਾਂ? ਅਤੇ ਉਹ ਕਿਹੜਾ ਚੂੜਾ ਸੀ? ਉਹ ਚੂੜਾ ਹੈਗਾ ਸੀ, ਉਸ ਟਾਈਮ ਚੱਲਦਾ ਸੀ ਮਰੂਨ ਰੰਗ, ਮਰੂਨ ਰੰਗ ਸੈਡਾਂ ਡੀਆਂ ਨੇ, ਵਿੱਚ ਨਗ ਲੱਗਦੇ ਸੀ, ਚਮਕੀ ਵੀ ਲੱਗਦੀ ਸੀ, ਉਹਦੇ ਫਿਰ ਵਿੱਚ ਨਾਂ ਲਿਖ ਕੇ ਅਤੇ ਦਿੱਤਾ ਸੀ। ਅਤੇ ਚੰਨਾ ਚੂੜਾ ਜੀ ਨਾਲ ਦੇ ਤਾਂ ਸਾਨੂੰ ਇਹ ਵੀ ਪਤਾ ਲੱਗਾ ਵੀ ਤੁਸੀਂ ਇੱਕ ਸਮਾਜ ਸੇਵੀ ਸੰਸਥਾ ਵੀ, ਜਿਹੜੇ ਬੱਚੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਵੀ ਤੁਸੀਂ ਚੂੜਾ ਵਗੈਰਾ ਫ੍ਰੀ ਦਿੰਦੇ ਹੋ? ਹਾਂਜੀ, ਉਹ ਸੰਤ ਬਾਬਾ ਮੱਖਣ ਸਿੰਘ ਜੀ, ਬਿਆਸ ਸੁਥੋਲੇ ਡੇਰੇ, ਸੰਤ ਬਾਬਾ ਮੀਰ ਸਿੰਘ, ਸੰਤ ਬਾਬਾ ਕਿਰਪਾਲ ਸਿੰਘ, ਉਹਨਾਂ ਨਾਲ ਮੈਨੂੰ 25-30 ਸਾਲ ਚੱਲੇ ਉਹਨਾਂ ਨਾਲ ਜੁੜੇ ਨੂੰ, ਅਤੇ ਉਹ ਜਿੰਨੇ ਵੀ ਉਹਨਾਂ ਨੇ ਵਿਆਹ ਕੀਤੇ ਕਿ ਨਹੀਂ, ਉਹਨਾਂ ਨਾਲ ਮੈਂ 130 ਕੀਤੇ, 50 ਕੀਤੇ, 100 ਕੀਤਾ, ਜਦੋਂ ਉਹਨਾਂ 2100 ਵਿਆਹ ਕੀਤੇ ਬਰੇਲੀ 'ਚ, ਉਹਦਾ ਮੇਰਾ ਕਾਫੀ ਨਾਂ ਆਇਆ। ਚੰਨਾ ਚੂੜੇ ਵਾਲਾ ਦਾ ਮੈਨੂੰ ਥੋੜ੍ਹੀ ਜਿਹੀ ਕਹਾਣੀ ਦਾ ਪਤਾ ਲੱਗਾ ਵਾ ਵੀ ਸੰਤ ਸੀ ਕੋਈ ਆਏ ਜਿਹੜੇ, ਉਹਨਾਂ ਦਾ ਤੁਹਾਨੂੰ ਆਸ਼ੀਰਵਾਦ ਮਿਲਿਆ, ਕਿਉਂਕਿ ਪਹਿਲਾਂ ਚੰਨਾ ਚੂੜੇ ਨੂੰ ਕੋਈ ਨਹੀਂ ਸੀ ਜਾਣਦਾ, ਅਤੇ ਉਹ ਥੋੜ੍ਹੀ ਦੱਸੋ ਕੀ ਸੀ ਕਹਾਣੀ ਉਹ ਮਾੜਾ ਜਿਹਾ? ਉਹ ਇਸ ਤਰ੍ਹਾਂ ਸਿਆਲ ਦਾ ਟਾਈਮ ਹੁੰਦਾ, ਦੀਵਾਲੀ ਦਾ, ਸਵੇਰੇ ਤੜਕੇ ਉਹ ਗੁਰਬਾਣੀ ਜਿਹੜਾ ਬੋਲਦੇ ਆ ਨਾ,
ਸੰਤ ਜਿਹੜੇ ਨੇ ਇਹ ਉਸ ਵੇਲੇ ਸੰਤ ਨੇ, ਉਹ ਪਰਮਾਤਮਾ ਦਾ ਇੱਕ ਰੂਪ ਹੁੰਦਾ। ਅਤੇ ਆਏ ਤਾਂ ਕਹਿੰਦੇ ਸਰ ਜੀ ਤੁਹਾਡੇ ਘਰੋਂ ਚਾਹ ਪੀਣੀ ਹੈ। ਮੈਂ ਬਾਬਾ ਜੀ ਬੈਠੋ। ਉਸ ਵੇਲੇ ਫਿਰ ਉਹਨਾਂ ਨੂੰ ਚਾਹ ਪਿਲਾਈ। ਉਸ ਵੇਲੇ ਸਾਡੇ ਕੋਲ ਗੈਸ ਨਹੀਂ, ਲੱਕੜਾਂ ਹੁੰਦੀਆਂ, ਗੋਹਾ ਹੁੰਦਾ ਸੀ। ਟਾਈਮ ਪਾ ਕੇ ਫਿਰ ਉਹਨਾਂ ਚਾਹ ਪ੍ਰਸ਼ਾਦਾ ਛਕਾਇਆ। ਬੜੇ ਖੁਸ਼ ਹੋਏ, ਆਨੰਦ ਆਇਆ ਉਹਨਾਂ ਨੂੰ। ਅਤੇ ਚਲੋ ਉਹਨਾਂ ਦੇ ਮਨ ਦੇ ਵਿੱਚ ਜੋ ਵੀ ਸ਼ਰਧਾ ਸੀ, ਉਹਨਾਂ ਕਿਹਾ ਵੀ ਚੰਨਾ ਜੀ ਸਾਨੂੰ ਬਹੁਤ ਵਧੀਆ ਲੱਗਾ ਤੁਹਾਡਾ ਲੰਗਰ ਪਾਣੀ ਛਕ ਕੇ, ਤੁਹਾਨੂੰ ਆਸ਼ੀਰਵਾਦ ਦੇਣ ਲੱਗੇ ਹਾਂ। ਆਸ਼ੀਰਵਾਦ ਸੀ ਜਾਣ ਲੱਗਿਆ ਦੇ ਗਏ, ਉਹ ਜਿਹੜੇ ਸੰਤਾਂ ਦਾ ਆਸ਼ੀਰਵਾਦ ਸੀ ਉਹ ਲੱਖਾਂ ਕਰੋੜਾਂ ਨਾਲੋਂ ਵੱਧ ਕੇ ਸੀ। ਕੀ ਸੀ ਉਹ ਆਸ਼ੀਰਵਾਦ ਆ ਗਿਆ? ਉਹ ਜਿਹੜਾ ਆਸ਼ੀਰਵਾਦ, ਉਹ ਪਰਮਾਤਮਾ ਦਾ ਰੂਪ ਸੀ। ਕੀ ਕਹਿ ਕੇ ਜਾਣਾ? ਉਹਨਾਂ ਨੇ ਕਿਹਾ ਵੀ ਸਰਦਾਰ ਚੰਨਾ ਜੀ, ਤੁਹਾਡਾ ਇੱਕ ਨਾਂ ਆ ਵਰਲਡ 'ਚ ਹਰ ਜਾਣੇ ਦੇ ਮੂੰਹ 'ਤੇ ਜ਼ਬਾਨ 'ਤੇ ਤੁਹਾਡਾ ਨਾਂ ਚਮਕੇਗਾ, ਨਾਂ ਲਿੱਤਾ ਜਾਏਗਾ ਚੰਨਾ ਜੂੜੇ ਵਾਲਾ। ਅਤੇ ਮੈਂ ਬਾਬਾ ਜੀ ਮੈਂ ਤਾਂ ਮਾਮੂਲੀ ਬੰਦਾ ਹੈਗਾ ਹੈ, ਇਹ ਤਾਂ ਮੈਂ ਥੋੜ੍ਹਾ ਨਾਲ ਕੰਮ ਕਰਦਾ 20-25 ਰੁਪਏ, ਇਹ ਤਾਂ ਤੁਸੀਂ ਬਹੁਤ ਵੱਡਾ ਨਾਲ ਕਰਤਾ ਜੀ। ਕਹਿੰਦਾ ਨਹੀਂ, ਆਉਣ ਵਾਲਾ ਸਮਾਂ ਜਿਹੜਾ ਨਾ ਉਹ ਵਕਤ ਦੇ ਨਾਲ ਤੁਹਾਡਾ ਸੰਤਾਂ ਨਾਲ ਵੀ ਮੇਲ ਹੋਏ। ਚੰਨਾ ਜੀ, ਜਦੋਂ ਤੁਸੀਂ ਮਾਧੂ ਦੇ ਤੁਹਾਡੇ ਫੈਨ ਜੇ, 24 ਸਾਲ ਤੋਂ ਤੁਸੀਂ ਉਹਨਾਂ ਜਨਮ ਬਣਾ ਰਹੇ ਹੋ, ਕਦੀ ਬੱਚਿਆਂ ਨੇ ਜਾਂ ਪਰਿਵਾਰ ਨੇ, ਕਦੀ ਘਰਦਿਆਂ ਨੇ ਕਦੀ ਇਤਰਾਜ਼ ਕੀਤਾ ਵੀ ਇਹ ਕਿਹੜਾ ਕੰਮ ਫੜਿਆ ਤੁਸੀਂ, ਹੈਂ ਕਈ ਗਲੀ ਮੁਹੱਲੇ ਵਾਲਾ ਨੇ? ਹੈਂ ਇਹਦੇ ਵਿੱਚ ਘਰਦੇ ਖੁਸ਼ ਆ ਅਤੇ ਰਿਸ਼ਤੇਦਾਰ ਨਹੀਂ ਖੁਸ਼ ਹੁੰਦੇ। ਕੋਈ ਵੀ ਲੈ ਲਓ ਰਿਸ਼ਤੇਦਾਰ ਕਹਿੰਦੇ ਵੀ ਇਹਦਾ ਨਾਂ ਕਿਉਂ ਹੁੰਦੇ ਆ, ਲੱਤਾਂ ਖਿੱਚਦੇ ਨੇ, ਮੈਂ ਉਹਨਾਂ ਦੀ ਪਰਵਾਹ ਨਹੀਂ ਕੀਤੀ। ਉਹਨਾਂ ਨੇ ਇਹ ਵੀ ਕਿਹਾ ਸੀ ਸੰਤਾਂ ਨੇ ਵੀ ਤੇਰੇ ਜਿਹੜੇ ਬਾਹਰ ਦੇ ਹੋਣਗੇ ਤੇਰੀਆਂ ਲੱਤਾਂ ਖਿੱਚਣਗੀਆਂ, ਤੁਸੀਂ ਪਰਵਾਹ ਨਹੀਂ ਕਰਨੀ ਜਾਂ ਚੜ੍ਹਦੀ ਕਲਾ 'ਚ। ਅੱਜ ਚੰਨਾ ਜੂੜਿਆਂ ਦਾ ਨਾਂ ਪੂਰੇ ਦੇਸ਼ਾਂ 'ਚ, ਪੂਰੇ ਵਰਲਡ 'ਚ ਆ, ਅਤੇ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਜੇ ਕਿਸੇ ਨੂੰ ਘਰ ਪੁੱਛਣਾ ਆਉਂਦਾ ਵਾ ਤਾਂ ਦੂਰੋਂ ਪਤਾ ਜਾਂਦਾ ਵੀ ਚੰਨਾ ਜੂੜਿਆਂ ਦਾ ਘਰ ਕਿੱਥੇ ਰੱਖਿਆ ਅਤੇ ਕਿੱਥੇ ਨਹੀਂ? ਇਸ ਤਰ੍ਹਾਂ ਮੈਂ ਨਾ ਟਾਲਾ ਸਾਹਿਬ ਮੱਥਾ ਟੇਕਣ ਗਿਆ, ਮੁੰਬਈ ਤੋਂ ਸਪੈਸ਼ਲ ਚੂੜਾ ਲੈਣ ਆਏ ਨੇ, ਅਤੇ ਮੇਰੀ ਕੁੜੀ ਕਹਿਣ ਦੀ ਡੈਡੀ ਫਟਾਫਟ ਆ ਜਾਓ। ਅਤੇ ਮੈਂ ਕਿਹੜਾ ਜਹਾਜ਼ 'ਤੇ ਚੜ੍ਹਿਆ ਜਿਹੜਾ ਆ ਜਾਓ, 15-20 ਮਿੰਟ ਲੱਗਣੇ। ਉਹ ਕਹਿੰਦੀ ਵੀ ਇਹ ਜਹਾਜ਼ 'ਚ ਹੀ ਆਏ ਚੂੜਾ ਲੈਣ। ਉਹ ਕਹਿੰਦੇ ਵੀ ਤੁਹਾਡਾ ਘਰ ਪੁੱਛ ਕੇ ਅਤੇ ਬਾਜ਼ਾਰੋਂ ਅਤੇ ਫਿਰ ਅਸੀਂ ਆਏ। ਉਹ ਕਹਿੰਦੇ ਇਹੋ ਚੰਨੇ ਦੀ ਦੁਕਾਨ ਹੈਗੀ। ਕਹਿੰਦਾ ਚੰਨੇ ਦੁਕਾਨ ਹੈਗੀ, ਸਾਨੂੰ ਕਾਰਡ ਦਿਖਾਓ, ਕੋਈ ਸਬੂਤ ਦਿਖਾਓ। ਉਹਨਾਂ ਕੋਲ ਸਬੂਤ ਨਹੀਂ ਗਾ, ਚੰਨਾ ਹਰ ਜਾਣਾ ਚੰਨਾ ਨਹੀਂ ਬਣ ਸਕਦਾ, ਚੰਨਾ ਇੱਕੋ ਹੀ ਆ। ਮਤਲਬ ਉਹਨਾਂ ਨੂੰ ਲੱਗਦਾ ਸੀ ਵੀ ਚੰਨਾ ਜਿਹੜਾ ਹੋਊਗਾ ਬੜਾ ਵਧੀਆ, ਕੋਈ ਬੜੀ ਤਲੀ ਉਹਦੀ ਦੁਕਾਨ ਹੋਊਗੀ, ਬੜਾ ਤਿਆਰ ਸ਼ੁਰੂ, ਬੜਾ ਫੇਮਸ ਹੋਊਗਾ। ਇੱਕ ਸਿੰਪਲ ਜਿਹਾ ਜਦੋਂ ਆਏ, ਇੱਕ ਸਾਦਾ ਜਿਹਾ ਬੰਦਾ ਸਰਦਾਰ ਨੂੰ ਵੇਖ ਕੇ, ਕੀ ਗੱਲ ਯਕੀਨ ਨਹੀਂ ਸੀ ਉਹਨਾਂ ਨੂੰ ਆਇਆ ਵੀ ਇਹ ਉਹ ਚੰਨਾ ਜੂੜੇ ਵਾਲਾ ਵਾ? ਨਹੀਂ, ਉਹ ਬੜੇ ਖੁਸ਼ ਹੋਏ ਨੇ। ਕਹਿੰਦੇ ਜਿਹੜਾ ਜਿਹਦਾ ਨਾਂ ਹੁੰਦਾ ਨਾ ਉਹ ਸਾਦੇ 'ਚ ਰਹਿੰਦਾ, ਉਹ ਟੋਰ ਸ਼ੋਰ 'ਚ ਨਹੀਂ ਰਹਿੰਦਾ, ਉਹਨੂੰ ਪਤਾ ਵੀ ਮੇਰਾ ਨਾਂ ਉਹ ਹੀ ਆ ਰਿਹਾ। ਕਹਿੰਦਾ ਤੁਸੀਂ ਠੀਕ ਹੈ, ਮੈਨੂੰ ਬੜੀ ਖੁਸ਼ੀ ਆ, ਤੁਸੀਂ ਸਾਈਕਲ ਚਲਾਉਂਦੇ ਜੇ, ਪਰਮਾਤਮਾ ਮਿਹਰ, ਹੁਣ ਮੈਂ ਗੱਡੀ ਵੀ TVS ਲਈ ਆ। ਹਰ ਚੀਜ਼ ਜਿਹੜਾ ਨਾ ਵਕਤ ਨਾਲ ਬਦਲਦਾ ਜਾਂਦਾ, ਅਤੇ ਮੈਨੂੰ ਬਹੁਤ ਵਧੀਆ ਲੱਗਦਾ। ਅੱਜ ਮੈਨੂੰ ਵੀ ਬਹੁਤ ਵਧੀਆ ਲੱਗਾ, ਅੱਜ ਤੁਸੀਂ ਮੇਰੇ ਘਰ ਆਏ ਜੇ, ਜੋ ਮੇਰਾ ਨਾਂ ਸੀ ਅਤੇ ਆਏ ਜੇ ਨਾ, ਅਤੇ ਮੈਂ ਤੁਹਾਡਾ ਅੱਜ ਦਾ ਸਨਮਾਨ ਕਰਦਾ, ਬਹੁਤ ਵਧੀਆ ਲੱਗਾ। ਚੰਨਾ ਜੀ, ਹੁਣ ਮਨ 'ਚ ਕੀ ਇੱਛਾ ਕੀ ਆ ਵੀ ਹੁਣ ਜਿਹੜੇ ਕਿਹੜੇ ਬਾਲੀਵੁੱਡ ਸਟਾਰ ਨੂੰ, ਜਿਹੜੀ ਹੀਰੋ ਨੂੰ ਕਿਹਨੂੰ ਗਾਂਹ ਚੂੜਾ ਦੇ ਕੇ ਆਉਣਾ ਆਪਣਾ? ਮੇਰੀ ਆਸ ਇਹ ਹੋਏਗੀ ਆ, ਜਦੋਂ ਦਾ 20-24 ਸਾਲ ਚੱਲੇ, ਮੈਂ ਮਾਧਰੀ ਨਾਲ ਤੀਸਰੀ ਵਾਰੀ ਮੇਲ, ਉਹਦੇ ਨਾਲ ਮੈਂ ਕਪਿਲ ਸ਼ਰਮਾ ਦੇ ਵਿੱਚ ਸ਼ੋਅ 'ਚ, ਪਤਾ ਨਹੀਂ ਕਿਸ ਵੇਲੇ ਮੈਨੂੰ ਕਪਿਲ ਨੇ ਸੱਦ ਲੈਣਾ, ਜਦੋਂ ਮਾਧਰੀ ਵੱਲੋਂ ਸੱਦਾਇਆ ਅਤੇ ਮੈਨੂੰ ਕਪਿਲ ਨੇ ਸੱਦਿਆ, ਅਤੇ ਮੈਂ ਉਸ ਵੇਲੇ ਜਾਵਾਂਗਾ। ਉਹ ਜਿਹੜਾ ਮੈਂ ਗਿਫਟ ਬਣਾਇਆ ਉਸ ਵੇਲੇ ਮੈਂ ਮਾਧਰੀ ਨੂੰ ਦੇਵਾਂਗਾ। ਉਸ ਵੇਲੇ ਸਮਝ ਲਾਂਗਾ ਮੈਂ ਇੱਕ ਬਹੁਤ ਵੱਡਾ ਇੱਕ ਕੰਮ ਕੀਤਾ। ਕੀ ਉਹ ਗਿਫਟ ਕੀ ਹੈਗਾ ਜਨ ਵਾਸਤੇ, ਮਾਧਰੀ ਵਾਸਤੇ ਕੀ ਸਪੈਸ਼ਲ ਕੀ ਬਣਾਇਆ ਵਾ? ਉਹਦੇ ਵਿੱਚ ਇੱਕ ਆਪਣਾ ਦਿਮਾਗ ਲੜਾਇਆ, ਇਹ ਤੱਕ ਕਿਸੇ ਵੀ ਜਿੰਨੇ ਵੀ ਚੂੜੇ ਵਾਲੇ ਬਣਾ ਕੇ ਚੱਲ ਗਏ ਦੁਨੀਆ 'ਚੋਂ, ਹੈਗੇ ਵੀ ਆ, ਉਹ ਚੀਜ਼ ਇਹੋ ਜਿਹੀ ਬਣਾ ਨਹੀਂ ਸਕੇ ਜਿਹੜੀ ਮੈਂ ਬਣਾਤੀ ਇਹਨੂੰ। ਉਹਦੇ 'ਚ ਬਲਬ ਫਿੱਟ ਕੀਤੇ ਨੇ, ਨਾ ਕੀਤਾ ਫਿੱਟ, ਉਹ ਤੁਸੀਂ ਵੇਖੋਗੇ ਹਨੇਰੇ ਦੇ ਵਿੱਚ ਜੇ ਤਾਂ ਆਸਮਾਨ 'ਤੇ ਤਾਰੇ ਚਮਕਦੇ ਨੇ। ਉਹ ਐਡਾ ਵਧੀਆ ਗਿਫਟ ਹੈਗਾ, ਉਹ ਜਦੋਂ ਦਿਖਾਇਆ ਜਾਏਗਾ, ਜਿੰਨੀਆਂ ਫਿਲਮੀ ਸਟਾਰ ਹੈਗੀਆਂ ਆਉਣ ਵਾਲੀਆਂ ਜੇ ਹੈਗੀਆਂ,
ਤਾਂ ਉਹ ਕਹਿਣਗੇ ਵੀ ਮਾਤਾ ਜੀ ਬਹੁਤ ਕਰਮਾਂ ਵਾਲੀ, ਜਿਹੜਾ ਇਹਨੂੰ ਅੰਮ੍ਰਿਤਸਰੋਂ ਇੱਕ ਗਿਫਟ ਮਿਲਿਆ ਇਹਨਾਂ ਨੂੰ। ਸਾਨੂੰ ਵੀ ਪਤਾ ਲੱਗਾ ਵੀ ਮਾਧਵੀ ਨੇ ਤੁਹਾਨੂੰ ਚਿੱਠੀ ਲਿਖੀ ਸੀਗੀ, ਚਿੱਠੀ ਰਾਹੀਂ ਇੱਕ ਆਪਣੀ ਉਹਦੀ ਸਹੇਲੀ ਸੀ ਉਹਨੂੰ ਵੀ ਚੂੜਾ ਉਹਨੇ ਮੰਗਵਾਇਆ ਸੀ, ਇਸ ਗੱਲ ਸੱਚ ਹੈ? ਹਾਂ, ਉਹਦੇ ਵਿੱਚ ਮਾਧਵੀ ਨੇ ਲਿਖਿਆ ਵੀ ਜੋ ਤੁਸੀਂ ਮੇਰੇ ਵੱਡੇ ਬਹੁਤ ਵੱਡੇ ਫੈਨ ਜੇ, ਕਹਿੰਦੇ ਫੈਨ ਦਾ ਮਤਲਬ ਤਾਂ ਹੁੰਦਾ ਵੀ ਕੋਈ ਚੀਜ਼ ਮੰਗੇ ਤਾਂ ਲਿਆ ਕੇ ਆਓ। ਫਿਰ ਮੈਂ ਜ਼ਰੂਰ ਫਿਰ ਲੈ ਕੇ ਗਿਆ, ਫਿਰ ਕਹਿੰਦੀ ਬਹੁਤ ਖੁਸ਼ ਹੋਈ, ਕਹਿੰਦੀ ਵਾਕਈ ਚੀਜ਼ ਅਤੇ ਮੇਰੇ ਕੋਲ ਫੋਟੋਆਂ ਵੀ ਹੈਗੀਆਂ। ਅਤੇ ਜਦੋਂ ਮੈਂ ਥ੍ਰੀ ਵੀਲਰ 'ਤੇ ਗਿਆ, ਫਿਰ ਉਹਨਾਂ ਕੋਠੀ 'ਤੇ ਗਿਆ, ਉਹਨਾਂ ਦੇ ਦੋ ਬੋਡੀਗਾਰਡ ਮੈਨੂੰ ਮਿਲੇ ਨੇ, ਫਿਰ ਉਸ ਤੋਂ ਬਾਅਦ ਫਿਰ ਮੇਰਾ ਮੇਲ ਹੋਇਆ, ਦੋ ਦਿਨ ਜਾਂਦਾ ਰਿਹਾ। ਸਾਡੇ ਨਾਲ ਮੌਜੂਦ ਨੇ ਚੰਨਾ ਚੂਣੇ ਵਾਲੀ ਲੜਕੀ, ਉਹਨਾਂ ਦੀ ਬੇਟੀ, ਆਓ ਗੱਲਬਾਤ ਕਰਦੇ ਉਹਨਾਂ ਨਾਲ। ਹਾਂਜੀ, ਕੀ ਤੁਹਾਡਾ ਨਾਮ? ਸ਼ਰਨਜੀਤ ਕੌਰ। ਸ਼ਰਨਜੀਤ ਜੀ, ਕਿੰਨੀ ਖੁਸ਼ੀ ਮਹਿਸੂਸ ਹੁੰਦੀ ਆ ਜਦੋਂ ਚੰਨਾ ਚੂੜੇ ਵਾਲਾ ਦਾ ਨਾਂ ਤੁਹਾਡੇ ਪਿਤਾ ਜੀ ਦਾ ਦੇਸ਼ਾਂ ਵਿਦੇਸ਼ਾਂ 'ਚ ਸੈਲੀਬ੍ਰਿਟੀਆਂ 'ਚ ਫਿਲਮੀ ਹੀਰੋਇਨ ਵਗੈਰਾ ਫੋਟੋਆਂ ਨੂੰ ਆਉਂਦੇ ਆ, ਉਹਨਾਂ ਹੁਣ ਤੱਕ ਚੂੜਾ ਦੇ ਚੁੱਕੇ ਆ, ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ? ਬਹੁਤ ਵਧੀਆ ਲੱਗਦਾ ਜੀ, ਬਹੁਤ ਖੁਸ਼ੀ ਹੁੰਦੀ ਆ ਕਿ ਜਦੋਂ ਵੀ ਡੈਡੀ ਹੁਣੀ ਮਿਲ ਕੇ ਆਉਂਦੇ ਨੇ, ਵਧੀਆ ਲੱਗਦਾ। ਅਤੇ ਪਰਿਵਾਰ 'ਚ ਹੋਰ ਵੀ ਕੋਈ ਚੂੜੇ ਦੇ ਨਾਲ ਕੰਮ ਕਰਦਾ, ਤੁਸੀਂ ਕੀ ਹੈਲਪ ਕਰਦੇ ਹੋ ਪਿਤਾ ਜੀ ਨਾਲ? ਹਾਂਜੀ, ਡੈਡੀ ਨਾਲ ਮੈਂ ਅਤੇ ਜਾਂ ਫਿਰ ਮੇਰਾ ਛੋਟਾ ਭਰਾ, ਤਕਰੀਬਨ ਜ਼ਿਆਦਾਤਰ ਮੈਂ ਹੋਈ ਹੁੰਦੀ ਹਾਂ, ਅਤੇ ਵੀ ਡੈਡੀ ਨਾਲ ਹੈਲਪ ਪੂਰੀ ਕਰਵਾਈਦੀ। ਅਤੇ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਆ ਜਦੋਂ ਪਿਤਾ ਦਾ ਨਾਂ ਇੰਨਾ ਰੋਸ਼ਨ ਆ, ਚੰਨਾ ਚੂੜੇ ਵਾਲਾ, ਸੱਤ ਸਮੁੰਦਰੋਂ ਪਾਰ ਜਿਹੜੇ ਲੋਕ ਆ ਉਹ ਅੱਜ ਵੀ ਮੈਨੂੰ ਦੱਸਿਆ ਤੁਹਾਡੇ ਪਿਤਾ ਜੀ ਨੇ ਵੀ ਲੋਕ ਬੰਬੇ ਤੋਂ ਕਿੱਥੋਂ ਕਿੱਥੋਂ ਲੋਕ ਵਿਦੇਸ਼ਾਂ 'ਚੋਂ ਵੀ ਚੰਨਾ ਚੂੜੇ ਦਾ ਨਾਂ ਚੂੜਾ ਲੈਣ ਆਉਂਦੇ ਆ, ਅਤੇ ਉਹਦੇ ਬਾਰੇ ਕੀ ਗੱਲ? ਜਿਸ ਤਰ੍ਹਾਂ ਕਿ ਹੁਣ ਤੁਸੀਂ ਮੈਨੂੰ ਪੁੱਛਿਆ ਹੈ ਕਿ ਵੀ ਤੁਹਾਡੇ ਪਿਤਾ ਜੀ ਦਾ ਚੂੜਾ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦਾ ਹੈ, ਅਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਆਉਂਦਾ ਹੈ ਆਪਣੀ ਨਿਊ ਡਿਜ਼ਾਇਨਿੰਗ ਬਾਰੇ ਪੁੱਛਦਾ ਹੈ, ਤਾਂ ਅਸੀਂ ਉਹਨਾਂ ਨੂੰ ਉਹ ਤੋਂ ਵੀ ਚਾਰ ਗੁਣਾ ਉੱਤੇ ਬਣਾ ਕੇ ਦਿੰਦੇ ਹਾਂ, ਵੀ ਉਹਨਾਂ ਨੂੰ ਹੋਰ ਖੁਸ਼ੀ ਹੁੰਦੀ ਹੈ ਕਿ ਵੀ ਅਸੀਂ ਮੰਗਦੇ ਕੁਛ ਹੋਰ ਪਏ, ਲੇਕਿਨ ਇਹਨਾਂ ਨੇ ਸਾਨੂੰ ਉਹ ਤੋਂ ਵੀ ਜ਼ਿਆਦਾ ਨਿਖਾਰ ਕੇ ਉਹਨੂੰ ਚੂੜੇ ਨੂੰ ਇਹਨਾਂ ਨੇ ਸਾਨੂੰ ਦਿੱਤਾ। ਬਹੁਤ ਵਧੀਆ ਲੱਗਦਾ, ਬਹੁਤ ਬਹੁਤ ਦੂਰੋਂ ਆਉਂਦੇ ਆ ਵੀ ਆਪਣੇ ਮਨਪਸੰਦ ਦਾ ਇਹੋ ਵੀ ਲਾਈਫ 'ਚ ਇੱਕ ਵਾਰੀ ਤਾਂ ਚੂੜਾ ਪਾਉਣਾ ਹੁੰਦਾ, ਹੋਰ ਵੀ ਬੜੀਆਂ ਚੀਜ਼ਾਂ ਲੋਕ ਲੈਂਦੇ ਨੇ, ਲੇਕਿਨ ਚੂੜੇ ਵਿੱਚ ਜ਼ਿਆਦਾ ਉਹਨਾਂ ਨੂੰ ਇੰਟਰਸਟ ਹੁੰਦਾ ਕਿ ਵੀ ਇਹ ਆਪਾਂ ਸਾਲ ਇੱਕ ਰੀਝ ਨਾਲ ਪਾਉਣਾ ਅਤੇ ਸਾਨੂੰ ਵਧੀਆ ਮਿਲਣਾ ਚਾਹੀਦਾ, ਤਾਂ ਉਹਨੂੰ ਅਸੀਂ ਹੋਰ ਸੋਹਣਾ ਬਣਾ ਕੇ ਤਾਂ ਉਹਨਾਂ ਨੂੰ ਦਿੰਦੇ ਹਾਂ। ਤੁਹਾਡੇ ਪਿਤਾ ਜੀ ਸਰਦਾਰ ਚੰਨਾ ਚੂੜੇ ਵਾਲੇ, ਉਹ ਮਾਧਵੀ ਦੇ ਬਹੁਤ ਫੈਨ ਆ, ਪਤਾ ਲੱਗਾ 24 ਸਾਲ ਹੋ ਗਏ ਉਹਨਾਂ ਨੂੰ ਮਾਧਵੀ ਦੇ ਜਨਮਦਿਨ ਮਨਾਉਂਦਿਆਂ ਨੇ, ਅਤੇ ਤੁਸੀਂ ਕਿਹਨਾਂ ਦੇ ਫੈਨ ਜੀ? ਦੇਖੋ ਜੀ, ਹਰ ਕੋਈ ਕਿਸੇ ਨਾ ਕਿਸੇ ਦਾ ਤਾਂ ਫੈਨ ਜ਼ਰੂਰ ਹੁੰਦਾ, ਠੀਕ ਹੈ ਨਾ, ਅਤੇ ਅਸੀਂ ਕਦੀ ਆਪਣੇ ਮਨ 'ਚ ਲਿਆਂਦਾ ਹੀ ਨਹੀਂ, ਲੇਕਿਨ ਡੈਡੀ ਹੋਣੀ ਜਿਸ ਤਰ੍ਹਾਂ ਮਾਧੁਰ ਦੀਕਸ਼ਿਤ ਜੀ ਦੇ ਫੈਨ ਹੈ, ਅਤੇ ਉਹਨਾਂ ਬਾਰੇ ਇੰਨਾ ਵਿਚਾਰ ਕਰ ਲੈਂਦੇ ਆ, ਚਲੋ ਠੀਕ ਹੈ, ਲੇਕਿਨ ਸਾਡੇ ਵਾਸਤੇ ਡੈਡੀ ਹੋਣੀ ਨੇ, ਅਤੇ ਅਸੀਂ ਡੈਡੀ ਹੋਣਾਂ ਦੇ ਹੀ ਮਤਲਬ ਕਿ ਕਹਾਂਗੇ ਕਿ ਉਹ ਸਾਡੇ ਲਈ ਫੈਨ। ਇਹ ਸੀ ਚੰਨਾ ਚੂੜੇਵਾਲਾ ਦਾ ਪਰਿਵਾਰ, ਉਹਨਾਂ ਦੀ ਬੇਟੀ ਸਾਡੇ ਨਾਲ, ਅਤੇ ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਦਾ ਜਿਹੜਾ ਨਾਂ ਆ ਪੂਰੇ ਵਰਲਡ 'ਚ ਨਾਂ ਹੋ ਗਿਆ ਵਾ, ਅਤੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ, ਅਤੇ ਸਾਨੂੰ ਇਹ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਪੰਜਾਬੀਅਤ ਦੇ ਨਾਲ ਉਹ ਪੰਜਾਬੀ ਵੀ ਨੇ ਸਰਦਾਰ ਚੰਨਾ ਸਿੰਘ ਚੂੜੇਵਾਲਾ, ਅਤੇ ਦੇਸ਼ਾਂ ਵਿਦੇਸ਼ਾਂ 'ਚ ਖਾਸ ਕਰਕੇ ਫਿਲਮੀ ਜਿਹੜੇ ਅਭਿਨੇਤਰੀ ਆ ਵਾ, ਹੀਰੋਇਨ ਵਗੈਰਾ ਵਾ, ਉਹਨਾਂ ਨੂੰ ਸਭ ਨੂੰ ਉਹ ਚੂੜਾ ਪਾ ਚੁੱਕੇ ਨੇ, ਅਤੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਪਰਮਾਤਮਾ ਨੂੰ ਚੜ੍ਹਦੀ ਕਲਾ ਜਾ ਕੇ, ਅਤੇ ਉਹਨਾਂ ਦਾ ਨਾਂ ਇਸੇ ਤਰ੍ਹਾਂ ਰੋਸ਼ਨ ਰਹੇ। ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੈਨਲ ਲਈ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ।